ਕੇ ਜਾ ਠੀਕ ਆ ਫਿਰ ਕੀ ਯਾਰ ਕੱਲਾ ਹੀ ਉਹ 버ਗਰ ਲਿਆ ਫੜ ਕੇ ਭਾ ਜਾ ਉੱਥੇ ਜਾ ਨਹੀਂ ਮੜਵਾ ਕੇ ਭੱਜ ਕੇ ਖਾਣਾ ਦਾ ਸਾਦਾ 버ਗਰ ਓਪੇ ਇੱਕ ਦੋ ਲੈ ਆਈ ਯਾਰ ਕੋਈ ਖਾਲ ਹੋ ਜਾ ਕੋਈ ਨਹੀਂ ਚਲ ਉਹ ਵੀ ਕੋਈ ਕੋਈ ਗੱਲ ਨਹੀਂ ਕੋਈ ਨੀ ਕੱਲ ਨੂੰ ਕਰਦੇ ਆ ਰਾਜੇ ਗੱਲ ਕੱਲ ਨੂੰ ਕਰਦੇ ਆ ਯਾਰ ਗੱਲ ਕੱਲ ਨੂੰ ਕਰਦੇ ਆ ਰਾਜੇ ਗੱਲ ਰਵੀ ਸੀਨੀਅਰ ਕੈਨੇਡਾ ਵੈਲਕਮ ਬਾਈ ਰਵੀ ਨੇ ਕੱਢਣੀ ਅੱਗ 26 ਤਰੀਕ ਨੂੰ ਪੂਰੀ ਬ੍ਰੈਂਪਟਨ ਚ ਮੈਚ ਹੋਣਗੇ ਕੱਚੀ ਦੇ ਵੀਰੇ ਇਸੇ ਪੇਜ ਤੋਂ ਲਾਈਵ ਚੱਲੂ ਜ਼ਰੂਰ ਦੇਖਣਾ ਰਵੀ ਸੀਨੀਅਰ ਬਿੱਲਾ ਸੰਗੋਵਾਲ ਬਲਵੰਤ ਤੁੱਪਲ ਵਸੀਆਂ ਕੈਨੇਡਾ ਦਿਲਪ੍ਰੀਤ ਗਿੱਲ ਵਰਗੇ ਨੇ ਅੱਗ ਕੱਢਣੀ ਆ ਪੂਰੀ ਵੀਰੇ ਉਹਦੇ ਆਪਾਂ ਸਕੀਮਾਂ ਲਾਵਾਂਗੇ ਸਪੌਂਸਰਾਂ ਤੇ ਜਿਹੜੇ ਆਪਾਂ ਨੇ ਸਕੀਮਾਂ ਲਾਉਂਦੇ ਉਹਦੇ ਆਪਾਂ ਸਪੌਂਸਰਾਂ ਤੇ ਲਾਵਾਂਗੇ ਸਕੀਮਾਂ ਜਿੱਤ ਹਾਰ ਤੇ ਦੇਖਿਓ ਸਾਰੇ ਭਰਾ ਬ੍ਰੈਂਪਟਨ ਚ ਹੋਣਾ ਕੈਨੇਡਾ ਚ ਵੀਰੇ ਕੱਚੀ ਦੇ ਮੈਚ 26 ਤਰੀਕ ਨੂੰ ਇਸੇ ਪੇਜ ਤੋਂ ਲਾਈਵ ਚੱਲੂਗਾ ਆਪਾਂ ਸਕੀਮਾਂ ਲਾਉਣੀਆਂ ਸਪੌਂਸਰਾਂ ਤੇ ਉਹਦੇ ਸ਼ੇਰੂ ਦਾ ਮੈਚ ਉੱਧਰ ਵੀਰੇ ਅਜੇ ਚੱਲਿਆ ਨਹੀਂ ਜਦੋਂ ਚੱਲਿਆ ਦੱਸਾਂਗੇ ਜੀ ਰਾਜਸਥਾਨ ਵਾਲੇ ਭਰਾ ਵੈਲਕਮ ਵੈਲਕਮ ਵੀਰੇ ਔਰ ਉਹਨੇ ਪਾਸੇ ਨੂੰ ਦੇਖਦੇ ਆ ਵੀ ਰਾਮਕੋਟ ਦੀ ਟੀਮ ਆ ਬਹੁਤ ਵਧੀਆ ਮੈਚ ਹੋ ਚੁੱਕਿਆ ਹੈ ਵੱਡੀ ਟੱਕਰ ਹੈ ਇੱਕ ਪਾਸੇ ਜਿਹੜੇ ਫਾਜ਼ਿਲਕਾ ਜੋ ਟੀਮ ਆਈ ਹੈ ਆਰਾਂ ਟੀਮ ਨੇ ਵੀ ਟਾਈਮ ਦੇ ਨਾਲ ਜਿਹੜੀ ਆ ਕੇ ਐਂਟਰੀ ਕਰਵਾਈ ਆਪਾਂ ਦੋਨੋਂ ਧੰਨਵਾਦ ਕਰਦੇ ਆ ਪਿਆਉਣ ਵਾਲਾ ਕੰਮ ਹੀ ਇੱਥੇ ਚੱਲਦਾ ਆਪਣਾ ਰਵੀ ਬਾਰੇਕਾ ਪਿੰਡ ਦਾ ਕਹਿੰਦੇ ਮੁੰਡਾ ਵਿਕਾਸ ਹੈ ਵਧੀਆ ਟੀਮ ਜਿਹੜੀ ਬਣੀ ਹੋਈ ਆ ਸੰਦੀਪ ਵਰਗੇ ਡਿਰ ਤੇ ਖੇਡਦੇ ਨੇ ਮੁੰਡੇ ਸੁਭਾਸ਼ ਵੀ ਸਾਡਾ ਬੜਾ ਪਿਆਰਾ ਵੀਰ ਆ ਬਾਹਰ ਬੈਠਾ ਹੈ ਔਰ ਪਾਰਸ ਸਾਡੇ ਵੀਰ ਨੂੰ ਮੁਬਾਰਕਾਂ ਦੇ ਵੀ ਉਹਦੇ ਪਿੰਡਾਂ ਵਾਲਾ ਆਸ ਪਾਸ ਦੀਆਂ ਟੀਮਾਂ ਜਿਹੜੀਆਂ ਬਹੁਤ ਤਕੜਾ ਪ੍ਰਦਰਸ਼ਨ ਕਰਦੀਆਂ ਨੇ ਪਿੰਡਾਂ ਦੇ ਜਦੋਂ ਜਦੋਂ ਆਉਂਦੇ ਨੇ ਵੀਰ ਜਦੋਂ ਧੰਨਵਾਦ ਹੈ ਲੈ ਜੀ ਕਿੰਨੇ ਕਿੰਨੇ ਪੁਆਇੰਟ ਹੋ ਗਏ ਤਰਨ ਬਾਈ ਰੋਟੀ ਖਾਣਾ ਤੁਹਾਨੂੰ ਸਹੀ ਗੱਲ ਦੱਸਾਂ ਰੋਟੀ ਉੱਠ ਕੇ ਹੀ ਨਹੀਂ ਜਾਏਗਾ ਤੁਹਾਨੂੰ ਆਪ ਹੀ ਪਤਾ ਬਾਈ ਖਾਧੀ ਨਹੀਂ ਰੋਟੀ ਬਸ ਐਂ ਸਾਰ ਲਈਦਾ ਨਿਮੇੜ ਕੇ ਖਾਵਾਂਗੇ ਰੋਟੀ ਪਾਣੀ ਸਵੇਰੇ ਖਾ ਕੇ ਲੱਗੇ ਸੀ ਬਸ ਮੁੜ ਕੇ ਇੱਕ ਮਿੰਟ ਨਹੀਂ ਗਏ ਸੇਵਾ 'ਚ ਬੈਠਿਆਂ ਬਾਈ ਹੁਣ ਖਾ ਕੇ ਇੱਧਰ ਬਰਗਰ ਬੁਰਗਰ ਸਾਰਨਾ ਹੀ ਪੈਂਦਾ ਬਸ ਨਿਮੇੜ ਕੇ ਖਾਵਾਂਗੇ ਰੋਟੀ ਰੋਟੀ ਫੇਰ ਕਰਦੀ ਆ ਜਨੂਨ ਹੀ ਇੰਨਾ ਮੈਚ ਤਕੜੇ ਲੱਗੀ ਜਾਣ ਨਾ ਉੱਠਣ ਨੂੰ ਜੀ ਨਹੀਂ ਕਰਦਾ ਬਈ ਜੱਸਾ ਹਰ ਗਿਆ ਸੀ ਮਤਾ ਭੁੱਲ ਰੇੜੀ ਵੀਰੇ ਸ਼ੇਰੂ ਤੋਂ ਵੀਰੇ ਸ਼ੇਰੂ ਤੋਂ ਤੇ ਕਿਰਪਾ ਕਰਕੇ ਆਵੇ ਜੀ ਮੈਂਡੀ ਇਹਦਾ ਸਨਮਾਨ ਤਾਂ ਕਰਦੇ ਹੱਥ ਮੈਂ ਜੋਰਾਂ ਤੋਂ ਇੱਕ ਚਾਰ ਅਦਰ ਠੀਕ ਹੈ ਜੀ ਇੱਕ ਤੇ ਚਾਰ ਦੀ ਟੱਕਰ ਫੇਰ ਦੇ ਮੈਦਾਨ ਦੇ ਵਿੱਚ ਮੇਰੇ ਬੱਤਰ ਜਿਹੜੀ ਉਹ ਖੇਡੀ ਆ ਰਹੀ ਹੈ ਆਓ ਫਿਰ ਲੈ ਮੈਂਡੀ ਬਣਾ ਕੇ ਰੱਖਿਆ ਪੈਸੇ ਪੁਆਇੰਟ ਦੱਸੀ ਜਾਵਾਂਗੇ ਵੀਰੇ ਸ਼ੇਰੂ ਜਿੱਤ ਗਿਆ ਸੀ ਰਵੀ ਤੋਂ ਸ਼ੇਰੂ ਵੀਰੇ ਜੱਸੇ ਨਾਲ ਜੌਂਟੀ ਦੇ ਪਿਰਥੀ ਖੇਡੇ ਸੀ ਬਾਈ ਚੈਣੇਵਾਲ 'ਚ ਸੱਤਾ ਤੇ ਸਣੀ ਬਾਈ ਖੇਡੀ ਜਾਂਦੇ ਆ ਪਰਲੇ ਪਾਸੇ ਉਧਰੋਂ ਤੋੜ ਲਿਆ ਨੈੱਟ ਪਤਲਾ ਲੱਗ ਗਿਆ ਹੁਣ ਉਧਰੋਂ ਉੱਥੋਂ ਹੀ ਝੂੜੀ ਢਿੱਲੀ ਕਰ ਦਿੰਦਾ ਫਿਰ ਵੀ ਤਾਰ ਹੀ ਆ ਲਓ ਸਾਹਮਣੇ ਉਧਰ ਬਾਬਾ ਵੀ ਬੁਰਾ ਫਿੱਟ ਹੈ ਚੈਨੇ ਵਾਲੀ ਆ ਤੇ ਨਾਲ ਸਵਾਰਪੁਰ ਰਾਜ ਸੱਤਾ ਤੇ ਅੱਗ ਕੱਢੀ ਆਉਂਦਾ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਟੂਰਨਾਮੈਂਟ ਆ ਟੂਰਨਾਮੈਂਟ ਪੂਰਾ ਟੂਰਨਾਮੈਂਟ ਆ ਬ੍ਰੈਂਪਟਨ ਦੇ ਵੀਰੇ 16 ਟੀਮਾਂ ਐਂਟਰ ਨੇ ਕਿਉਂਕਿ ਵੱਡਾ ਸੈਮੀ ਆ ਸੈਮੀ ਵੀਰੇ ਦੋਨੋਂ ਸੈਮੀ ਦੋਨੇ ਗਰਾਊਂਡਾਂ ਤੇ ਚੱਲਣਗੇ ਬਾਈ ਟੂਰਨਾਮੈਂਟਾਂ ਦੇ ਗੱਲਾਂ ਚੱਲਣਗੀਆਂ ਵੀ ਸਤਾਰਪੁਰ ਦੇ ਵਿੱਚੋਂ ਉਹ ਮੁੰਡੇ ਨੇ ਦੂਜਾ ਲਾਈਵ ਖੰਨੇ ਵਾਲੇ ਦੇ ਖੰਨੇ ਵਾਲੇ ਦੇ ਵੀਰੇ ਤੇ ਗੱਲਾਂ ਜ਼ਰੂਰ ਹੁੰਦੀਆਂ ਤੇ ਐਂਡ ਮੁੰਡੇ ਫੱਟੀ ਢੱਕੀ ਆਉਂਦੇ ਸੈਮੀ ਫਾਈਨਲ ਆ ਸੈਮੀ ਫਾਈਨਲ ਵੀਰੇ ਫਾਈਨਲ 'ਚ ਤਾਂ ਬਾਲੇ ਪਟਾਕੇ ਪੈਣਗੇ ਵੀਰੇ ਕਮਾਲ ਕਰੀ ਆਉਂਦਾ ਮੁੰਡਾ ਸ਼ੇਰੂ ਦਾ ਸੈਮੀ ਉਧਰ ਖੇੜੀ ਨਾਲ ਚੱਲਦਾ ਇੱਕ ਇਹਨਾਂ ਦੀ ਟੀਮ ਜੇਤੂ ਫਾਈਨਲ ਫੇਰ ਖੇਡਿਆ ਜਾਣਾ ਬਾਈ ਬਾਹਰੋਂ ਬੜੀ ਸੁਣਦੇ ਆ ਤੇ ਆ ਮੁੰਡੇ ਨਾਲੇ ਪਿੰਡ ਦੇ ਮੇਲੇ ਤੇ ਵੀ ਪ੍ਰਦਰਸ਼ਨ ਵਧੀਆ ਲੱਗਿਆ ਯਾਰ ਇੱਕ ਤਾੜੀ ਤੇ ਮਾਰੋ ਯਾਰ ਸੱਤੇ ਦੇ ਨਾਂ ਤੇ ਜਿਹੜੇ ਜਿਹੜੇ ਸੱਤੇ ਨੂੰ ਪਿਆਰ ਕਰਦੇ ਆ ਮੇਰੀ ਸੱਤੇ ਆ ਪਿੰਡ ਵਾਲੇ ਵੀ ਬੜਾ ਮਾਣ ਕਰ ਰਹੇ ਆ ਮਿੱਤਰਾ ਜਦੋਂ ਪਿੰਡ ਦੇ ਵਿੱਚੋਂ ਪਿਆਰ ਮਿਲਦਾ ਨਾ ਤੇ ਹੌਸਲਾ ਮਿਲਦਾ ਤੇ ਪਿੰਡ ਆ ਗੱਲ ਵੱਖਰੀ ਬਣ ਜਾਂਦੀ ਆ ਬੜਾ ਪਿਆਰ ਭਰਾਵਾਂ ਦੇ ਵੱਲੋਂ ਤੇ ਉਹ ਸਾਹਮਣੇ ਕਰਤੀ ਕਮਾਲ
ਵੀ ਕਰਤਾ ਕਹਿ ਝੋਬਰਾ ਨੇ ਤੇ ਉਹ ਫੌਜ ਕਿਲੇ ਨੂੰ ਢਾਉਂਦੀ ਗੱਲ ਰਾੜੇ ਖੇਲੇ ਦੀ ਸਿੱਧੀ ਧੂ ਘਰ ਦੇ ਪਾਉਂਦੀ ਲੈ ਵੀ ਪੰਜ ਹੋ ਗਏ ਤਰਦੀ ਤਰਨ ਤਰਨ ਪੰਜ ਜਾਂ ਛੇ ਪੰਜ ਰਾਦੀ ਪੁੱਪਲ ਵੀਰੇ ਦੱਸਦੇ ਆ ਜੀ ਦੱਸਦੇ ਆ ਸਕੋਰ ਵੀਰੇ ਕਿੰਨੇ ਸਕੋਰ ਆ ਤਰਨ ਤਰਨ ਕਿੰਨੇ ਤਰਨ ਕਿੰਨੇ ਹੋ ਗਏ ਵੀਰੇ ਪੁਆਇੰਟ ਛੇ ਹੋ ਗਏ ਜੀ ਚੈਨਲ ਦੀ ਟੀਮ ਦੇ ਔਰ ਇੱਕ ਪੁਆਇੰਟ ਜਿਹੜਾ ਰਾਮਕੋਟ ਦੀ ਟੀਮ ਦਾ ਵੱਡਾ ਫਰਕ ਪੈ ਚੁੱਕਿਆ ਭਾਈ ਜੀ ਕਰਾਓ ਸ਼ੁਰੂ ਮੈਚ ਬਹੁਤ ਧੰਨਵਾਦ ਵੀਰੇ ਬਣ ਕੇ ਅਮਰੀਕ ਕਰ ਦੋ ਸਹੀ ਨੇ ਜਲਦੀ ਦੇ ਨਾਲ ਗਰਾਊਂਡ ਨੰਬਰ ਆਪਾਂ 33 ਮੈਚ ਸ਼ੁਰੂ ਕਰ ਦਿੱਤੇ ਤਰਕੀ ਦਾ ਮੁੱਦਾ ਔਰ ਸਾਹਮਣੇ ਪਰਮਲ ਨੰਬਰ ਇੱਕ ਹੋਰ ਜੋੜ ਦਿੱਤਾ 7-1 ਦੇ ਟੱਕਰ ਉਹ ਵੀ ਇਕੱਠੇ ਨਿਬੜ ਜਾਣਗੇ ਲੋ ਫਿਰ ਉੱਥੇ ਪੈਨੋਂ ਪੈ ਜਾਣਗੇ ਪਟਾਕੇ ਰਾਜੀ ਬੈਠਾ ਹਾਂ ਜੀ ਹਾਂ ਰਾਦੇ ਉੱਪਰ ਬਾਈ ਦੇਖੀ ਜਾਂਦਾ ਬਾਈ ਕੀ ਯਾਰ ਦੇਖ ਲਾ ਲਿਆ ਇੱਕ ਮੜੀ ਜੀ ਝੂਟਣ ਨਾਲ ਗਲਤੀ ਨਾਲ ਅੱਧਾ ਘੰਟਾ ਪੌਣਾ ਘੰਟਾ ਖਰਾਬ ਹੋ ਗਿਆ ਨਹੀਂ ਕੀ ਕਰ ਨੈਟ ਖਾਇਆ ਛੋਟਾ ਟੁੱਟ ਗਿਆ ਕਿਹੜੇ ਨੇ ਖਿੱਚੇ ਰਾਜੂ ਨੇ ਹੈ ਅੱਜ ਨੂੰ ਹੋਇਆ ਨੈਟ ਕਰ ਵੀ ਬੜਾ ਉੱਚ ਦਿੱਤਾ ਸੀਗਾ ਪੰਜੇ ਨਾਲ ਮੈਚ ਨੈਟ ਬਦਲ ਦੋ ਮੇਰੇ ਵੀਰ ਉਦਾਂ ਖਿਡਾਰੀਆਂ ਦੇ ਬਾਈ ਕੋਈ ਬਹੁਤੀ ਚੰਗੀ ਗੱਲ ਨਹੀਂ ਦੇਖੋ ਯਾਰ ਆਪਾਂ ਆਪਣੀ ਗਲਤੀ ਕਰਕੇ ਆਪਾਂ ਅੱਧਾ ਪੌਣਾ ਘੰਟਾ ਜਿਹੜਾ ਖਰਾਬ ਹੋਣ ਲੱਗਿਆ ਇਹ ਦੋਨਾਂ ਟੀਮਾਂ ਦੀ ਗਲਤੀ ਹੈ ਪਹਿਲਾਂ ਇੱਕ ਨੇ ਨੈਟ ਉੱਚਾ ਕਰਤਾ ਬਾਕੀ ਦੂਜੇ ਨੇ ਖਿੱਚਦਾ ਇਹ ਕਿੰਨੀ ਵੱਡੀ ਸਹਿਮਤ ਆਪਣੀ ਲਾਓ ਅਸੀਂ ਸਾਰੇ ਟੀਮਾਂ ਨੇ ਇੱਧਰ ਕਰਦੀ ਕਮਾਲ ਫੇਰ ਮੇਰੇ ਮਿੱਤਰੋ ਲੈ ਵੀ ਤਰਨ 6 ਨੰਬਰ ਜੁੜ ਗਿਆ ਚੰਡੀਗੜ੍ਹ ਦੀ ਟੀਮ ਨੀ ਆਈ ਵੀਰੇ ਉਧਰ ਮੈਚ ਨੀ ਸ਼ੁਰੂ ਹੋਇਆ ਤੇ ਇਧਰ ਸਾਈਡਾਂ ਵੀ ਚੇਂਜ ਹੋ ਗਈਆਂ ਮੇਰੇ ਮਿੱਤਰੋ ਹੁਣ ਵੇਖੋ 9 ਨੰਬਰ ਹੋ ਗਏ ਆ ਜਿਹੜੇ ਉਹ ਚੈਨਲ ਦੀ ਟੀਮ ਦੇ ਤੇ ਇਧਰ ਕਿੰਨੇ ਨੰਬਰ ਹੈ ਜੀ ਗੁਰੀ ਜੀ ਰਵੀ ਹਰ ਗਿਆ ਵੀਰੇ ਰਵੀ ਹਰ ਗਿਆ ਜੀ ਸ਼ੇਰੂ ਨੂੰ ਕੁਆਟਰ ਫਾਈਨਲ ਮੈਚ ਬਈ ਕਰਾਓ ਜੀ ਮੈਚ ਸ਼ੁਰੂ ਲਓ ਸਾਹਮਣੇ ਵੱਡੀ ਲੀਡ ਜਿਹੜੀ ਉਹ ਬਣਾ ਲਈ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਕਰਦਾ ਚੈਨ ਵਾਲੀ ਆ ਮੁੰਡਾ ਗੁਰਜੀਤ ਤਰਾਈਆਂ ਮੁੰਡੇ ਮਾਨਸੇ ਵਾਲੇ ਮੇਰੇ ਮਿੱਤਰੋ ਅੱਜ ਕੱਲ ਬੜੀ ਸੁਰਖੀਆਂ ਦੇ ਵਿੱਚ ਹੈ ਜਿਹੜੀ ਚੈਨਲ ਦੀ ਟੀਮ ਵੈਲਕਮ ਜੀ ਵੈਲਕਮ ਅਵਤਾਰ ਭੈਣੀ ਬੜਿੰਗ ਬੈਂਡੀ ਸ਼ਰਮਾ ਜੀ ਆਏ ਹੋਏ ਆ ਤੇ ਕਹਿੰਦੇ ਚੈਨਲ ਦੀ ਟੀਮ ਰਾਜੀਪ ਉੱਪਲ ਕੈਨੇਡਾ ਜਿੰਨੇ ਹੀ ਭਰਾ ਐਨਆਰਆਈ ਜੁੜੇ ਹੋ ਸ਼ੇਅਰ ਸਾਰੇ ਭਰਾਵਾਂ ਦਾ ਵੈਲਕਮ ਬਾਈ ਜਿੰਨੇ ਹੀ ਭਰਾ ਇਸੇ ਪਿੰਡ ਸਵਾਜਪੁਰੇ ਤੋਂ ਐਨਆਰਆਈ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਬਾਈ ਸਵਾਜਪੁਰੇ ਵਾਲਾ ਬੜਾ ਫਿੱਟ ਹੈ ਮੇਰੇ ਮਿੱਤਰੋ ਮਾਨਸਾ ਵਾਲੇ ਮੁੰਡਿਆਂ ਨੇ ਅੱਜ ਕੱਲ ਪੱਕੇ ਹੀ ਟੂਰਨਾਮੈਂਟ ਖੇਡਦਾ ਹੈ ਤੇ ਗੱਲਾਂ ਬਾਤਾਂ ਦਰਸਾਦ ਟਿਕਾਣੇ ਆ ਮੁੰਡੇ ਜਦੋਂ ਖੇਡੇ ਨਾ ਖੜ ਦੇ ਲਾਗੇ ਕਰਕੇ ਤਿਊੜ ਦੇ ਵਿੱਚ ਲੈ ਵੀ ਪਿੰਡਿਆ ਉੱਥੇ ਆਮ ਉੱਪਰ ਦੀਆਂ ਟੀਮਾਂ ਖੇਡੀਆਂ ਪਰ ਜਿਹੜੀ ਚੈਨਲ ਦੀ ਟੀਮ ਖੇਡਦੀ ਆ ਨਾ ਬਾਈੜੀ ਆਹੀ ਦੋਨੇ ਪਲੇਅਰ ਸੱਤਾ ਦੇ ਸੜੀ ਬਾਹਰੋਂ ਖੇਡੇ ਤੇ ਆਲ ਉੱਪਰ ਦੇ ਮੇਲੇ ਦੇ ਵੀ ਮੁੰਡੇ ਫਾਈਨਲ ਖੇਡੇ ਯਾਰ ਇੱਕ ਤਾੜੀ ਮਾਰੋ ਕਿਉਂਕਿ ਉੱਥੇ 6-6 ਪਲੇਅਰ ਨਾਲ ਹਾਂਜੀ ਹਾਂਜੀ ਸਲਾਰ ਜਾਣਾ 21 ਤਰੀਕ ਨੂੰ ਬਿਲਕੁਲ ਜੀ ਦੇ ਵਿੱਚ ਅੱਡੋ ਦੀ ਪਿੰਡਾਂ ਦੇ ਸੀਗੇ ਪਰ ਇਹ ਕਹਿੰਦੇ ਆਹੀ ਮੁੰਡੇ ਖੇਡੇ ਦੋ ਬਾਹਰੋਂ ਦੀ ਟੀਮ ਫੜੀ ਯਾਰ ਆਲ ਉੱਪਰ ਦੇ ਕੱਪ ਦੇ ਤੇ ਗੁਰੀ ਤੇ ਉੱਥੇ ਵੀ ਇਹਨਾਂ ਨੇ ਕਮਾਲ ਹੀ ਕਰ ਦਿੱਤੀ ਮੁੰਡਿਆਂ ਨੇ ਤੇ ਮੇਲਾ ਉਹ ਵੀ ਜਿੱਤਿਆ ਤੇ ਗੱਲਾਂ ਬਾਤਾਂ ਲਾਈਆਂ ਟਿਕਾਣੇ ਵੀ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਮੋਗੇ ਵਾਲੇ ਫੌਜ ਵਿੱਚ ਬਾਵਾ ਭਰਤੀ ਲੋਹੇ ਨਾਲ ਮੱਥਾ ਮਾਰਦੇ ਮਲੋਟ ਦੇ ਕਿ ਮਾਨਸਾ ਦੇ ਜੱਟ ਸਲਝਾਉਣ ਮਸਲਾ ਲੁਧਿਆਣੇ ਆਟੋ ਚੰਡੀਗੜ੍ਹ ਆਸ਼ਕੀ ਰਹਿੰਦਾ ਸੈਮੀ ਵੀਰੇ ਬਠਿੰਡੇ ਅਸਲਾ ਐਨ ਗੱਲਾਂ ਬਾਤਾਂ ਹੁੰਦੀਆਂ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਮੇਰੇ ਮਿੱਤਰੋ ਤੇ ਆਹ ਮੁੰਡੇ ਮੇਰੇ ਮਿੱਤਰੋ ਧਾਕਾ ਨੀ ਕਰਵਾਉਂਦੇ ਆ ਤੇ ਉਹ ਵੀ ਵੱਡੀ ਲੀਡ ਜਿਹੜੀ ਬਣਾ ਲਈ ਆ ਮੁੰਡਿਆਂ ਨੇ ਮਾੜੀ ਬੋਲ ਹੋਣੀ ਯਾਰ ਨਹੀਂ ਉਹਦਾ ਖੜ ਦੋ ਮਿੰਟ ਤੂੰ ਹੀ ਚੱਲ ਜਾਏਗਾ
हाँ भाई देख ला जसा हर गया भाई जसा हर गया जी हाँ सनी सेमीफाइनल सेमीफाइनल भरे खेडूगा खेडी ना सैमी भरे कट हेलो भाई जी गड्डी रेडी खड़ी है लाइटा चल रही है जी वो करो जी बंद जो गेट से गड्डी है जी मेरा वीर बन के जरा जी के बात सुनता तो गड्डी दाइटा करो बंद मेरा वीर बन के स्कोर लीड है इधर चैनिया की लीड है कुलदीप रे कहने भाई कराओ शुरू मैच आओ जी आ गई टीम तरन स्कोर दो दस ना लीड अबरे हाँ जी हाँ जी सैमी चलता भरे सैमी जी पोस्टमार्टम करता दवान खेड़ा दूजा सैमी खेड़ी ना भरी हेलो भाई जी कुकनी हरकी भरे हरकी जी पहला ग्राउंड जी सी हुण पता नहीं किधर चला गया शेरू आ रहे मेरा भाई मैच खेडे जी उधर टीम जी वेट कर रही है जी दीवार खेडी शेरू आ रहे जल्दी शेरू आ रहे जल्दी के नाल और इधर दसी कितने कितने बैट हो गए करने बाल जी आउट है कितने कितने हो गए गुरी मैं तो बाद जावांगे जी ने उन्ना चिर देखना भरे मैच खन्ना शूटिंग वालीबाल जां पंजाब शूटिंग वालीबाल दे देख सकदे हो भाई स्कोर दो दस है भरे
दो रामकोट दास इधर चैने वाल दे सत्ते दे हनी दे दास ठीक है संदीप चेंज आ गया बड़ी तेन सौ फोटो लगी कोई नी करना तेनू मैसेज फिर मैं बाद चो कोई चक्कर नी ਔਰ ਮੇਲਾ ਜਿਹੜਾ ਸਫਲ ਆ ਮਿੱਤਰਾਂ ਦਾ ਬਹੁਤ ਵਧੀਆ ਮੈਚ ਖੇਡੇ ਕਿ ਜਿੰਨੀਆਂ ਵੀ ਟੀਮਾਂ ਆਈਆਂ ਆਪਣੇ ਕੋਲ ਸਾਰੀਆਂ ਟੀਮਾਂ ਨੇ ਬਹੁਤ ਤਕੜਾ ਪ੍ਰਦਰਸ਼ਨ ਕੀਤਾ ਹੈ ਦੋ ਸੈਮੀ ਚੱਲ ਰਿਹਾ ਹੈ ਔਰ ਇਸ ਤੋਂ ਬਾਅਦ ਇੱਕ ਫਾਈਨਲ ਮੈਚ ਜਿਹੜਾ ਬਾਕੀ ਹੈ ਤੇ ਫਿਰ ਸ਼ਹਿਬਾਜਪੁਰੇ ਪਿੰਡ ਦੇ ਮੇਲੇ ਦੇ ਜਿਹੜੀਆਂ ਯਾਦਾਂ ਛੱਡ ਜਾਣਗੀਆਂ ਨੇ ਔਰ ਨੰਬਰ ਦੇ ਨਾਲ ਲੱਗਦਾ ਵੀ 11 ਹੋ ਗਏ 11 ਤੇ 2 ਦੀ ਟੱਕਰ ਹੈ ਬਹੁਤ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਪਰ ਫਰਕ ਵੱਡਾ ਬਹੁਤ ਪੈ ਚੁੱਕਿਆ ਹੈ ਫਾਜ਼ਿਲਕਾ ਜ਼ਿਲ੍ਹੇ ਦੀ ਟੀਮ ਹੈ ਰਾਮਕੋਟ ਮੁੰਡੇ ਨਵੀਂ ਉਮਰ ਦੇ ਖਿਡਾਰੀ ਦੇ ਸੈਂਟਰ 'ਚ ਸੁਰੇਸ਼ ਹੈ ਮੁੰਡਾ ਔਰ ਅੱਜ ਢਾਕੇ ਦਾ ਪਿੰਡ ਆ ਸਾਡੇ ਰੀਮ ਦਾ ਨਾਮ ਦੇਉਣ ਵਾਲਾ ਪ੍ਰਦੀਪ ਹੈ ਬਾਰੇਗਾ ਤੋਂ ਵਿਕਾਸ ਆਇਆ ਹੋਇਆ ਹੈ ਵੱਡੀ ਟੀਮ ਜਿਹੜੀ ਸ਼ਿਕਾਰੀ ਹੈ ਤੇ ਇਧਰ ਦੇ ਪਾਸੇ ਸ਼ਹਿਬਾਜਪੁਰੇ ਦਾ ਸੱਤਾ ਤੇ ਨਾਲ ਠੁੱਲੀਆਂ ਪਿੰਡ ਦਾ ਸਨੀ ਹੈ ਅੱਜ ਚੈਣੀਆਂ ਦੀ ਟੀਮ ਦਾ ਵੱਡਾ ਹਿੱਸਾ ਬਣੀ ਹੋਈ ਹੈ ਆਓ ਕਹਿੰਦੇ ਵੱਡੀ ਟੀਮ ਸ਼ਿਕਾਰੀ ਹੋਈ ਹੈ 11 ਤੇ 2 ਦੀਆਂ ਜਿਹੜੀਆਂ ਮੇਰੇ ਮਿੱਤਰੋਂ ਮਾ ਚੱਕ ਰਹੀ ਹੈ ਗੱਲਾਂ ਬਾਤਾਂ ਨੇ ਖੇਡ ਦੇ ਮੈਦਾਨ ਦੇ ਵਿੱਚ ਵੀ ਦੇਣ ਵਾਲਾ ਦਾਤਾ ਨੇ ਕਿਸੇ ਨੂੰ ਨਹੀਂ ਸੁਣੀਦਾ ਉਹਦੀਆਂ ਦਿੱਤੀਆਂ ਦਾ ਸ਼ੁਕਰਾਨਾ ਠੀਕ ਹੈ ਸੰਦੀਪ ਰੇ ਤੇ ਸੁੱਖੀ ਲੋਕੋ ਉਹ ਬੰਦਾ ਵਾਧਾ ਨਹੀਂ ਅੱਗੇ ਬੈਠਾ ਵਿੱਚੋਂ ਵਿੱਚ ਫਾਈਨਲ ਲਾ ਮਿਸ ਕਰ ਦਿਓ ਬਾਈ शेरू दी नहीं लगी बबली वीरे सत्ते दा आ गया जी तुहाडा 500 मेरे कोले सत्ते दा पहुंच गया जी बई हां हां फोटो दिलशाद करा लू तेरे ना राजे कोई चक्कर नहीं राजे दी मांग आई है कहंदा दिलशाद नु कह फोटो करा लू मेरे ना ए एदा बड़ा शकीन आ फोटो दा भाई खड़ा खड़ाएगा तू मेंडी दस दिन के जेड़ा नवा फोन ओ फोटो मेरे लाडी यार शेरू का चल पाया उधर चली जाता संदीप ढिलों बी मित्रों एक सती बैठे खेड़ी वाले जरा दिमाग पढ़ देता है
ਦੂਜੇ ਖਿਡਾਰੀਆਂ ਦਾ ਇੱਕ ਪਾਸੇ ਸਾਡਾ ਵੀਰ ਰਾਤਾਂ ਮੇਰੀ ਗੱਲ ਮੈਨੂੰ ਹੀ ਦੱਸੋ ਉਧਰੇ ਗਾਂਧੀ ਦੀ ਐ ਖੁੱਲੀ ਵਾਲੀ ਹੈ ਠੀਕ ਹੈ ਦੱਸੋ ਕੀ ਕਹਿੰਦਾ ਗਾਂਧੀ ਮੰਡ ਟ੍ਰਾਂਸਫਰ ਚ ਨਾਲੇ ਕਿੰਨੇ ਉੱਤੇ 80 ਮੇਲ ਆਈ ਹੈ ਯਾਰ ਮੇਲ ਆਈ ਹੈ ਜੇ ਸਮੈਸ਼ ਮਾਰਦਾ ਤੇ ਸੁਣੀ ਨੂੰ ਗਾਂਧੀ ਕਹਿੰਦਾ ਵੀ ਆਪਾਂ ਤੇ ਡੱਗੇ ਲੋੜੀ ਦੇ ਨਾਲ ਖੁੱਲੀ ਵਾਲੀ ਯਾਰ ਖੜੇ ਆ ਤੋ ਕਹਿੰਦੇ ਵੀ ਆਪਾਂ 500 ਦੇ ਵੱਡੇ ਮਾਣ ਕਰ ਲੈਣੇ ਨੇ ਵੀ ਸੜੀ ਜੇ ਸਮੈਸ਼ ਮਾਰ ਕੇ ਨੰਬਰ ਲੈਂਦਾ ਤੇ ਵੱਡੇ ਮਾਣ ਕਰ ਲੈਣੇ ਆ ਵਧੀਆ ਵਧੀਆ ਲਾਡੀ ਸਾਹਿਬ ਵਧੀਆ ਅਜੇ ਸ਼ਰਮਾ ਗੁਰਵਿੰਦਰ ਸਿੰਘ ਸੂਰਜ ਕੇਰੀਆਂ ਵਧੀਆ ਵੀਰੇ ਓਕੇ ਰਿਪੋਰਟ ਆ ਗੁਰਪ੍ਰੀਤ ਉੱਪਲ ਵਸੀਆਂ ਵੈਲਕਮ ਵੀਰੇ ਸਾਰੇ ਭਰਾਵਾਂ ਦਾ ਵੈਲਕਮ ਬਈ ਤੇਰਵਾਂ ਜੁੜ ਗਿਆ ਮੈਨੂੰ ਲੱਗਦਾ ਹੈ 12 ਹੋ ਗਈ 12 ਦੇ 3 ਨੇ ਉਧਰ 12 ਦੇ 3 ਨੇ 12 ਨੰਬਰਾਂ ਲੈਂਡੀ ਸ਼ਰਮਾ ਕਲਬ ਚੈਨਲ ਦੀ ਟੀਮ ਦੇ ਸੱਤੇ ਦੀ ਟੀਮ ਦੇ ਆਓ ਕਰੇ ਸੜੀ ਆ ਬੁੱਢਾ ਖੇਡ ਦੇ ਮੈਦਾਨ ਦੇ ਵਿੱਚ ਬਾਬੇ ਵਰਗੇ ਖੇਡਦੇ ਨਹੀਂ ਪਰ ਤਿਉਣ ਵਾਲਿਆ ਜਿੱਤ ਹਾਰ ਇੱਕ ਪਾਸੇ ਆ ਹੁਣ ਜੇ 2-4 ਪਾਲਾ ਆ ਗਿਆ ਤੇ ਲੋਕਾਂ ਇਹ ਗੱਲਾਂ ਕਰਦੀਆਂ ਵੀ ਮੁੰਡਾ ਤਗੜਾ ਖੇਡਦਾ ਹੈ ਆਓ ਚੋਟੀ ਦੀ ਟੱਕਰ ਖੇਡਦੇ ਮੈਦਾਨ ਦੇ ਮੇਰੇ ਮਿੱਤਰੋ ਵੀ ਮੈਚ ਸੈਮੀ ਦੇਖ ਲਓ ਸ਼ੁਰੂ ਹੋਣ ਲੱਗਿਆ ਲੱਗੇ ਕੱਪ ਦਾ ਫੈਸਲਾ ਹੁਣ ਦੇਖੋ ਮਾਰੀ ਹੋਈ ਹੈ ਵਿਸਲ ਵੇਖੋ ਰੈਫਰੀ ਨੇ ਦਰਸ਼ਕ ਲੱਗੇ ਨੇ ਤਾੜੀਆਂ ਲਾਉਣ ਵੇਖੋ ਤੇ ਦੋਵੇਂ ਟੀਮਾਂ ਹੀ ਲਾਉਣਗੀਆਂ ਜ਼ੋਰ ਪੂਰਾ ਆਓ ਮਾਰ ਲੈਂਦਾ ਹੈ ਬਾਜੀ ਹੁਣ ਕੌਣ ਵੇਖੋ ਕੌਣ ਬਾਜੀ ਮਾਰ ਕੇ ਤੇ ਫਾਈਨਲ 'ਚ ਪਹੁੰਚਦਾ ਹੈ ਇਹ ਤੇ ਰੱਬ ਜਾਣਦਾ ਹੈ ਸਾਰੀ ਸੰਗਤ ਜਿੰਨੀ ਵੀ ਆਸੇ ਪਾਸੇ ਬੈਠੀ ਹੈ ਸਾਰੀ ਸੰਗਤ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹੈ ਗਰਾਊਂਡ ਨੰਬਰ ਸੈਮੀਫਾਈਨਲ ਆ ਵੀਰੇ ਸੈਮੀਫਾਈਨਲ ਦੀ ਸੱਤੇ ਦੇ ਸਣੀ ਦਾ ਚੈਨਲ ਦਾ ਰਾਮਕੋਟ ਨਾ ਵੀਰੇ ਵਰਗੇ ਸੈਫਰੀ ਹੁਣੀ ਖੇਡਦੇ ਨੇ ਜਦੋਂ ਮੈਚ ਹੋਇਆ ਸ਼ੇਰੂ ਦਾ ਫੇਰ ਅਨਾਉਂਸ ਕਰਵਾਵਾਂ ਇਹ ਕੁਲਦੀਪ ਸਹਾਰਨ ਵੀਰੇ ਜਦੋਂ ਸ਼ੇਰੂ ਦਾ ਮੈਚ ਹੋਇਆ ਸਾਰਾ ਕੁਛ ਸਹੀ ਭਰਿਆ ਹੋਇਆ ਮੇਰਾ A-to-Z ਅਕਾਊਂਟ ਨੰਬਰ ਵੀ ਸਹੀ ਹੈ ਸਾਰਾ ਕੁਛ ਤਰੇਲੀ ਬਹੁਤ ਪਈ ਹੈ ਦਲਸ਼ਾਦ ਜੁਝਾਰ ਦੇ 2 ਪੁਆਇੰਟ ਲਗਾਤਾਰ ਲੈਂਦਾ 1100 ਜੁਝਾਰ ਦੇ 2 ਪੁਆਇੰਟ ਜੇ ਜੁਝਾਰ ਲਗਾਤਾਰ 2 ਪੁਆਇੰਟ ਲੈਂਦਾ ਰਾਜੇ ਸੰਗਰੂਰ ਵੱਲੋਂ 1100 ਦੇ ਹੋਣਗੇ ਜੁਝਾਰ ਦੇ 2 ਲਗਾਤਾਰ ਪੁਆਇੰਟ ਜੋੜਦਾ ਤੇ ਰਾਜੇ ਸੰਗਰੂਰ ਵਾਲੇ ਵੱਲੋਂ 1100 ਦੇ ਸਾਡੇ ਛੋਟੇ ਵੀਰ ਦੇ ਵੱਲੋਂ 1100 ਦੇ ਵੱਡੇ ਮਾਨ ਸਨਮਾਨ ਜਿਹੜੇ ਹੋਣਗੇ ਜੁਝਾਰ 7 ਨੰਬਰ ਦੀ ਜਰਸੀ ਖੇਡ ਰਿਹਾ ਹੈ ਜੇ ਲਗਾਤਾਰ 2 ਪੁਆਇੰਟ ਜੋੜਦਾ ਆਪਣੀ ਟੀਮ ਦੇ ਲਈ ਤੇ ਸੰਗਰੂਰ ਵਾਲਾ ਰਾਜਾ ਸਾਡੀ ਜ਼ਿੰਦਗੀ ਦਾ ਬੜਾ ਪਰਮ ਮਿੱਤਰ ਹੈ ਦਿਲ ਦਾ ਵੀ ਰਾਜਾ ਸਾਡਾ ਯਾਰ ਔਰ ਥੋੜੇ ਟਾਈਮ ਤੋਂ ਗੱਲਾਂ ਜਿਹੜੀਆਂ ਕੈਨੇਡਾ ਸ਼ਹਿਰ ਦੀਆਂ ਹੋ ਗਈਆਂ ਵੀ ਦੇਖੀ ਕਿਤੇ ਟੂਰਾ ਤਾਂ ਨਹੀਂ ਖੇਡ ਪਿਆ ਆਹ ਸਰਮਾ ਦੀਆਂ ਸਰੀਆਂ ਤੇ ਰੋਜ਼ ਮਿਲਦੇ ਆ ਡਿਗਰੀ ਵੀ ਪਾਸ ਆਊਟ ਕੀਤੀ ਹੋਈ ਹੈ ਫੇਰ ਕਾਹਤੋਂ ਟੰਗਰਾਂ ਦਾ ਗੋਹਾ ਖਿੱਚਦੇ ਸੁਪਨੇ ਚ ਕਾਹਤੋਂ ਮੇਰੀ ਰੋਣ ਕੱਪੀਆਂ ਕੱਪਾ ਕਾਹਤੋਂ ਦਿਸੇ ਸਰ ਪਾਸ ਜ਼ਹਿਰ ਦਾ ਹੱਥ ਆਉਣ ਦੇਖੀ ਮੇਰੇ ਹੱਥ ਪੰਡਦਾ ਆਉਂ ਲੱਭ ਕੇ ਤੋਂ ਨਕਸ਼ਾ ਕੈਨੇਡਾ ਸ਼ਹਿਰ ਦਾ ਲੋਕਨਾ ਦਾ ਤੰਗ ਦੇ ਲਿਖਦਾ ਜੰਗ ਢਿੱਲੋਂ ਪੜਾਉਣ ਵਾਲਾ ਮੇਰੇ ਮਿੱਤਰੋ ਗੱਲਾਂ ਲੱਗ ਜਾਂਦੀਆਂ ਟਿਕਾਣੇ ਤੇ ਢਿੱਲੋਂ ਦਾ ਮੁੰਡਾ ਕਹਿੰਦੇ ਅੱਜ ਕੱਲ ਬੜੇ ਸੋਹਣੇ ਸੋਹਣੇ ਗਾਣੇ ਲਿਖ ਕੇ ਤੇ ਅੱਗੇ ਵੱਲ ਵੱਧਦਾ ਹੀ ਆਉਂਦਾ ਤੇ ਗੱਲਾਂ ਚੱਲਦੀਆਂ ਮੁੰਡਿਆਂ ਦਾ ਡੋਰ ਮੇਰੇ ਮਿੱਤਰੋ ਆਉਣ ਲੱਗਿਆ ਹੋਇਆ ਬੱਲੇ ਬੱਲੇ ਹੋ ਗਈ ਤੇ ਆਹ ਭਰਨਾ ਹੈ ਆਓ ਸਾਹਮਣੇ ਕਰ ਗਿਆ ਕਮਾਲ ਇੱਧਰ ਭਰਾ ਸਾਡਾ ਦਲਜੀਤ ਭੂਰੀ ਸਟਰਿੰਗ ਵਾਲਾ ਤੇ ਨਾਲ ਸੁਮਨ ਸਟਰਿੰਗ ਵਾਲੇ ਭਰਾ ਸਾਡੇ ਕਹਿੰਦੇ ਨੇ ਨਾਲ ਕਾਣਾ ਸਾਡਾ ਵੀਰ ਹੈ ਵੀ ਜੇ ਸੱਜਣ ਤੇ ਸ਼ੇਰੂ ਟੱਪਾ ਪਾਉਂਦੇ ਆ ਤੇ ਉਹਨਾਂ ਦੇ ਲਈ ਖੁਸ਼ ਹੋਵੇਗਾ ਸ਼ਹਿਬਾਜ਼ ਭੂਰੀ ਟੱਪਾ ਪਾਉਂਦਾ ਹੈ
ਤੇ ਜਾਂ ਕਿਸੇ ਖਿਡਾਰੀ ਦੇ ਥਾਂ ਦੇ ਬਾਲ ਖੜ ਗਏ ਤੇ 500 ਦਿੱਤਾ ਜਾਵੇਗਾ। ਵੱਡੇ ਮਾਨ ਸਨਮਾਨ ਹੋਣਗੇ ਸਾਡੇ ਭਰਾ ਸੁਮਨ ਕਾਲਾ ਦੇ ਨਾਲ ਬਾਈ ਦਲਜੀਤ ਤੇ ਸਾਡੇ ਵੀਰਾਂ ਦੇ ਵੱਲੋਂ ਵੱਡੇ ਮਾਨ ਹੋਣਗੇ ਸਜਨ ਤੇ ਸ਼ੇਰੂ ਜਿਹੜਾ ਆਪਣਾ ਟੱਪਾ ਪਾ ਕੇ 200 ਔਰ ਇਧਰ ਦੇ ਪਾਸੇ ਸਹਿਰਾਜ ਪੁਜਾਰਾ ਸੁਣਾ ਜੇ ਕਿਸੇ ਦੇ ਬਾਲ ਹੱਥਾਂ ਦੇ ਖੜਾ ਦੇ ਜਾਂ ਟੱਪਾ ਪਾਵੇ ਤੇ ਰੁਪਈਆ 500 ਦਿੱਤਾ ਜਾਵੇਗਾ। ਆ ਸਾਹਮਣੇ ਕਹਿਣੇ ਵਾਲੀ ਆ ਪਰਪ ਮੇਰੇ ਮਿੱਤਰੋ ਬਹੁਤ ਸੋਹਣੀ ਗਲਤੀ ਕਰ ਗਿਆ ਤੇ ਨੰਬਰ ਜਿਹੜਾ ਮੇਰੇ ਮਿੱਤਰੋ ਰਾਮਕੋਟ ਦੀ ਟੀਮ ਦੇ ਖਾਤੇ ਜਾ ਜੁੜ ਗਿਆ। ਤਰਨ ਵਧੀਆ ਨੰਬਰ ਕੋਈ ਪੁਆਇੰਟ ਸਰ ਜੇ ਦਲਸਾਦ ਦਲਸਾਦ ਜੇ ਖੇੜੀ ਦੀ ਟੀਮ ਫਾਈਨਲ ਚ ਜਾਂਦੀ ਆ ਤਾਂ ਵੀਰ ਧਾਲੀਵਾਲ ਯੂ ਐਸ ਏ ਕਹਿੰਦਾ ਲਾਲੀ ਖੇੜੀ ਤੇ ਪ੍ਰਦੀਪ ਖੇੜੀ ਨੂੰ ਕੱਪਾਂ ਨਾਲ ਸਨਮਾਨ ਕੀਤਾ ਜਾਊ। ਛੇ ਫੁੱਟ ਸਾਡੇ ਵਰਿੰਦਰ ਚਾਂਗਲੀ ਵਾਲਾ ਮੇਰੇ ਕੀ ਹਾਲ ਨੇ ਠੀਕ ਆ ਤੁਹਾਡਾ ਲਾਈਵ ਦੇਖਦਾ ਐਂਡੀ ਹੁੰਦਾ ਕਿਹੜਾ ਪਿੰਡ ਬਾਈ ਆਪਣਾ ਸਵਾਈ ਪੜਾਈ ਆ ਠੀਕ ਆ ਠੀਕ ਸਿਰਾ ਲਾਈਵ ਆ ਬਾਈ ਧੰਨਵਾਦ ਬਾਈ ਬਹੁਤ ਬਹੁਤ ਲਾਈਵ ਸੁਣਾ ਬਾਈ ਹਲੋ ਆ ਸਾਡੇ ਬਾਈ ਵੀਰ ਸਿੰਘ ਦਾ ਦੀਵਾਨ ਉਹ ਕਹਿੰਦੇ ਕਿ ਖੇੜੀ ਦੀ ਟੀਮ ਅੱਜ ਫਾਈਨਲ ਖੇਡ ਗਿਆ ਹਾਂ ਤੇ ਨਾਮ ਪ੍ਰਦੀਪ ਦਾ ਤੇ ਲਾਲੀ ਖੇੜੀ ਲਾਲੀ ਖੇੜੀ ਲਾਲੀ ਖੇੜੀ ਉਹਨਾਂ ਦਾ ਵੀਰਾਂ ਦੇ ਕੱਪਾਂ ਨਾਲ ਸਨਮਾਨ ਹੋ ਕੇ ਵੀਰ ਧਾਲੀਵਾਲ ਦੀ ਸਾਡੇ ਨਾਲ ਵੱਲੋਂ ਵੱਡੀ ਮਾਨ ਹੋ ਗਈ ਰਿੰਦਰ ਦਾ ਦਵਾਵਾ ਕੋਈ ਇਹ ਥੱਕ ਗਿਆ ਬਹੁਤ ਟਾਈਮ ਦਾ ਬੈਠ ਲੈ ਲਓ ਬਾਈ ਪਾਰਟੀ ਹੈ ਕਮੈਂਡੀ ਯਾਰ ਕਿੱਥੇ ਕਰਾਂ ਯਾਰ ਇੱਕ ਬਾਅਦ ਇੱਥੇ ਹੈਗਾ ਕੁਛ ਹੈਗਾ ਹੈਗਾ ਕੁਛ ਦੁੱਧਾ ਹੂਰ ਹੈ ਦੁੱਧਾ ਹੂਰ ਕਿੱਥੇ ਹੈ ਟੱਪਾ ਵੀ ਗਈਆਂ ਕੋਈ ਉੱਥੇ ਖਾਲਸਾ ਟੱਪਾ ਖਾਲਸਾ ਸੁੱਧ ਟੱਪਾ ਓਏ ਖਾਲਸਾ ਸੁੱਧ ਟੱਪਾ ਨੰਬਰ ਲੈ ਲਿਓ ਜੀ ਉਹਦੇ ਪਰ ਧੰਨਵਾਦ ਕਰਦਾ ਮਾਨ ਸਨਮਾਨ ਜਿਹੜੇ ਕੀਤੇ ਜਾਣਗੇ ਹਾਂਜੀ ਹਾਂਜੀ ਇਸੇ ਪੇਜ ਤੋਂ ਲਾਈਵ ਉਭਰੇ ਬ੍ਰੈਂਪਟਨ ਵਾਲਾ ਵਾਸੀ ਕਰਨੀ ਪੈਣੀ ਆ ਰਾਮਕੋਟ ਵਾਲਿਆ ਆਹ ਫੇਰ ਦੇ ਮਾਨ ਚ ਜੋਰ ਲਾ ਕੇ ਮੈਂ ਕਿਹੜਾ ਜਿੱਤਣਾ ਪੈਣਾ ਕਿੰਨੇ ਸਕੋਰ ਹੋ ਗਏ ਸਕੋਰ ਕਿੰਨੇ ਹੋ ਗਏ ਦਰਸ਼ਕ ਪ੍ਰਦੀਪ ਤੇ ਵਿਕਾਸ ਸਕੋਰ ਦੱਸ ਦਿਆਂ ਵੀਰੇ ਵੇਟ ਜੀ ਸ਼ਾਰ ਬਣੀ ਨਹੀਂ ਹੈ ਤਰਨ ਉਧਰ ਕਿੰਨੇ ਪਾਉਣੇ 6-12 6-12 ਸਕੋਰ ਆ ਵੀਰੇ 6 ਤੇ 12 6-12 ਸਕੋਰ ਆ ਵੀਰੇ 6-12 ਜੀ ਇਹ ਤੇ ਗੱਲ ਹੋ ਰਹਾ ਵੀ ਰਾਮਕੋਟ ਵਾਲਾ ਮੈਚ ਜਿਹੜੇ ਜਿਹੜੇ ਮੁੰਡਿਆਂ ਦੇ ਨਾਲ ਲੱਗਦਾ ਤੇ ਮੇਰੇ ਮਿੱਤਰੋ ਇੱਕ ਖੱਜਲ ਬਹੁਤ ਕਰਦਾ ਟੀਮਾਂ ਨੂੰ 6 ਤੇ 12 ਦੀ ਟੱਕਰ ਹੈ ਅੱਡੋ ਅੱਡ ਦਾ ਫਰਕ ਹੈ ਵੀ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਹੈ ਆਓ ਕਦੇ ਤਾਂ ਸਹਾਰੇ ਸਾਤੋਂ ਜਾਂਦੇ ਡੋਟਾ ਕਦੇ ਸੱਤ ਹੋ ਗਏ ਹੌਲੇ ਨਾ ਕਮਾਈਆਂ ਰਹਿੰਦੀਆਂ ਆਓ ਸਦਾ ਨਹੀਂ ਹਾਲਾਤ ਰਹਿੰਦੇ 7-12 ਹੋ ਗਏ ਵੀਰੇ ਪਾੜੇ ਬੰਦੇ ਤੇ ਇਹ ਸਦਾ ਨਹੀਂ ਉਹ ਬੰਦਿਆ ਆਓ ਚੜਾਈਆਂ ਰਹਿੰਦੀਆਂ ਇੱਕ ਗੱਲ ਹੋਰ ਹੈ ਵੀ ਜੇ ਆਹ ਦਸ ਵਾਲੀ ਗੱਡੀ 'ਚ ਚੜ ਗਿਆ ਨਾ ਦਸ ਵਾਲੀ ਲੈਨ ਮੇਰੇ ਮਿੱਤਰੋਂ ਪਾਰ ਕਰ ਗਿਆ ਤੇ ਮੁੰਡਾ ਤੰਗ ਬਹੁਤ ਕਰਦਾ ਇਹਦੇ ਲੰਬੇ ਲੰਬੇ ਦੇ ਵਾਲ ਹਲੇ ਕੱਲ ਪਰਸੋਂ ਹੀ ਕਟਾਏ ਆ ਆਹ ਮੁੰਡਾ ਕਦੇ ਵੱਡੀਆਂ ਵੱਡੀਆਂ ਟੀਮਾਂ ਨੂੰ ਘਰੇ ਤੁਰਨ ਦਾ ਦਰਦ ਰੱਖਦਾ ਵੀ ਜਿਗਰਾ ਦਲੇਰ ਤੇ ਪੂਰੀ ਬਾਬੇ ਦੀ ਆ ਫੇਰ ਆਹ ਸ਼ੀਣੀ ਮੱਥੇ ਦੇ ਥਾਪੀ ਤੇ ਬਾਪੂ ਆਖਦਾ ਹੈ ਸ਼ੇਰ ਆਹ ਸੁੱਕੀ ਨੂੰ ਪੁੱਲ ਕੇ ਸਾਡੀ ਚਾਰ ਵਾਲੇ ਕਿਸੇ ਆਹ ਪਾਣੀ ਲੱਗਦੇ ਪਿਛਾਂ ਵੱਲ ਮੋੜ ਦਿੰਦਾ ਮਿੱਤਰਾਂ ਦੀ ਹੈਡ ਵੀ ਨਦੇੜ ਵਰਗੀ ਦੰਦੇ ਪੱਕੀਆਂ ਕਰਾਰੀਆਂ ਦੇ ਘੋਲ ਉੱਡ ਦਿੰਦੇ ਆ ਸੱਤ ਦੇ ਪਾਰਾਂ ਦੀ ਟੱਕਰ ਆ ਸ਼ਹਿਬਾਜਪੁਰ ਵਾਲਿਆ ਉਹ ਤੈਨੂੰ ਚੰਗੀ ਤਰ੍ਹਾਂ ਪਤਾ ਵੀ ਮੁੰਡਾ ਭਾਵੇਂ ਨਵਾਂ ਪਰ ਬਾਲਾ ਬਹੁਤ ਤਗੜੀ ਲਾ ਜਾਂਦਾ ਜੇ ਉਹ ਮੇਰ ਗਿਆ ਤੇ ਤੈਨੂੰ ਪਤਾ ਵੀ ਉਹਨੇ ਚੱਕੇ ਜਾਮ ਕਰ ਦੇਣੇ ਆ ਹਰ ਕੋਈ ਕਰਨਾ ਪੈਣਾ ਮੁੰਡੇ ਦਾ ਸੱਤ ਦੇ ਪਾਰਾਂ ਦੀ ਟੱਕਰ ਸੈਮੀ ਫਾਈਨਲ ਵਾਲਾ ਸੈਮੀ ਵੀਰੇ ਦੋਨੋਂ ਸੈਮੀ ਚੱਲੀ ਜਾਂਦੇ ਆ ਜੀ ਸ਼ੇਰੂ ਢਾਬਾ ਦਾ ਦਵਾਨ ਖੇੜੇ ਦਾ ਉਧਰ ਮੈਚ ਚੱਲੀ ਜਾਂਦਾ ਖੇੜੀ ਨਾਲ ਪਹਿਲਾ ਸੈਮੀ ਦੂਜਾ ਸੈਮੀ ਆ ਚੱਲੀ ਜਾਂਦਾ ਜੀ ਚੈਣੇਵਾਲ ਤੇ ਰਾਮਕੋਟ ਲਾਵੀ 7 ਤੇ 8 ਦੀ ਟੱਕਰ ਆ ਗਰਾਊਂਡ ਨੰਬਰ 3 ਦੇ ਵਿੱਚ ਵੀ ਅਸਤਾ ਬਾਈ ਉਹ ਲੱਗ ਜਾਣਾ ਪਤਾ ਚੌਧਰੀ ਵੀਰੇ ਲਾਈਵ ਦੇਖ ਕੇ ਲੱਗਣਾ ਉਹਦਾ ਪਤਾ ਵੀ ਅੰਗਰੇਜ਼ ਆ ਕਿ ਪੰਜਾਬੀ ਆ ਆਪਣੇ ਸਾਡਾ ਵੀਰ ਕਾਲਾ ਪੂਰੀ ਤੇ ਹਰਪ੍ਰੀਤ
ਸੁਭਨ ਕਟਰਿੰਗ ਵਾਲੇ ਭਰਾ ਸਾਡੇ ਨਾਨ ਗੋਲਡੀ ਆਈਫੋਨ ਵਾਲਾ ਇਹ ਭਰਾ ਸਾਡੇ ਕਹਿ ਰਹੇ ਨੇ ਵੀ ਇੱਕ ਸੁਜਾ ਲਾਈਵ ਪੰਜਾਬ ਸ਼ੂਟਿੰਗ ਵਾਲੀਬਾਲ ਲਾਈਵ ਰੇ ਪੰਜ ਵਾਲਾ ਕ੍ਰਾਸ ਕਰੇ ਤੇ 1000 ਦਿੱਤਾ ਜਾਵੇਗਾ ਔਰ ਨਾਲ ਜੇ ਢਾਬਾ ਵਾਲਾ ਸ਼ੇਰੂ ਵੀ ਪੰਜ ਵਾਲਾ ਕ੍ਰਾਸ ਕਰਦਾ ਲਗਾਤਾਰ ਤੇ ਤਾਂ ਵੀ 1000 ਰੁਪਏ ਦਿੱਤਾ ਜਾਵੇਗਾ ਵੱਡੇ ਮਾਨ ਸਨਮਾਨ ਜਿਹੜੇ ਨਾ ਵੀਰਾਂ ਦੇ ਵੱਲੋਂ ਕੀਤੇ ਜਾਣਗੇ ਮੈਂ ਤੇ ਧੰਨਵਾਦ ਕਰਦਾ ਆਪ ਸਾਹਮਣੇ ਮੈਚ ਬੜਾ ਟੁੱਟੀ ਦਾ ਹੈ ਪੰਜਾਬੀ ਆ ਜਿਹੜੇ ਮੁੰਡੇ ਇਧਰੋਂ ਗਏ ਪਿਆ ਉਹੀ ਖੇਡਣਗੇ ਵੀਰੇ ਉਹਨਾਂ ਦੀਆਂ ਟੀਮਾਂ ਬਣਾਈਆਂ ਮੈਂ 16 ਟੀਮਾਂ ਨੱਕ ਤੋੜਦੀਆਂ ਦੋ ਬਾਲਾਂ ਮਾਰਦਾ ਤੇ ਬਾਈ ਕਹਿੰਦੇ 500 ਦੇਵਾਂਗੇ ਆਪਾਂ ਆਓ ਗੱਲਾਂ ਹੋਣਗੀਆਂ ਜਦੋਂ ਲੱਗੀਆਂ ਤੁਹਾਨੂੰ ਦੱਸ ਦਾਂਗੇ ਆਪਾਂ ਗੱਲਾਂ ਬਾਤਾਂ ਹੋਣਗੀਆਂ ਉਧਰ ਸਾਈਡਾਂ ਜਿਹੜੀਆਂ ਖੇਡ ਹੋ ਗਈਆਂ ਨੇ ਪਾਸੇ ਉਧਰ ਮੈਂ ਵੱਡਾ ਧੰਨਵਾਦ ਕਰਦਾ ਸਾਡੇ ਰਾਜਦੀਪ ਦੀ ਪ੍ਰੀਤਾ ਜੋੜੀ ਬੈਠੇ ਨੇ ਬਹੁਤ ਵੱਡਾ ਮੈਂ ਧੰਨਵਾਦ ਕਰਦਾ ਹੈ ਰਾਜਦੀਪ ਜੀ ਸਾਡੇ ਬਹੁਤ ਹੀ ਸਤਿਕਾਰਨ ਦੇ ਯੋਗ ਵੀ ਅੱਜ ਸੱਜਣਾ ਦੀ ਆਈ ਹੈ ਸਤੁਕਾਨ ਜਲੰਧਰ ਤੋਂ ਬੁਲਦਤ ਮਗਰੋਂ ਪੁੱਛਿਆ ਉਹਨਾਂ ਹਾਰ ਜਲੰਧਰ ਤੋਂ ਅੱਜ ਸੱਜਣਾ ਦੀ ਆਈ ਹੈ ਆਓ ਸਾਨੂੰ ਕਾਲ ਜਲੰਧਰ ਤੋਂ ਲੈ ਕੇ ਪੰਜਾਬ ਸ਼ੂਟਿੰਗ ਵਾਲੀਬਾਲ ਲਾਈਵ ਰੇ ਪ੍ਰੀਤਾ ਸਿੰਘ ਜੋੜੀ ਬੈਠੇ ਨੇ ਆਓ ਫਿਰ ਦੇ ਨਾਲ ਦੇ ਜਿਹੜਾ ਚੁੱਕੀ ਦਾ 13 ਤੋਂ ਪਤਾ ਹੋਣਗੇ ਪਰ ਮੁੰਡੇ ਕਹਿੰਦੇ ਸਕੀਲ ਵਾਲੀ ਪਿੰਡ ਦੇ ਸੱਜਣ ਨੇ ਨੰਬਰ ਮੈਨੂੰ ਲੱਗਦਾ ਨਹੀਂ 2-3 ਜੋੜ ਦਿੱਤੇ ਨੇ ਲੈ ਵੀ ਕਿੱਥੇ ਹੋ ਕਿੱਧਰ ਦਸ ਨੌ ਦਸ ਤੇ ਨੌ ਦੀ ਟੱਕਰ ਹੈ ਦਸ ਨੰਬਰ ਜਿਹੜੇ ਦੀਵਾਨ ਪਿੰਡ ਦੀ ਟੀਮ ਦੇ ਹੋ ਗਏ ਤੇ ਨੌ ਨੰਬਰ ਜਿਹੜੇ ਬਾਬਾ ਜੋਗੀ ਵੀਰ ਖੇਡ ਦੀ ਟੀਮ ਦੇ ਹੈ ਬਰਤਾਨੀਆ ਘੁੱਗੀਆ ਹੈ ਤੇ ਨਾਲ ਕਹਿੰਦੇ ਬੰਦਾ ਅਮਣੀਆਂ ਜੰਗਲੀ ਪਿੰਡ ਦਾ ਆਓ ਗੱਲਾਂ ਕਹਿੰਦੇ ਵੱਡੀਆਂ ਹੋ ਗਈਆਂ ਨੇ ਮੈਚ ਬੜਾ ਤਕੜਾ ਹੈ ਪਰ ਇੱਧਰ ਦੇ ਪਾਸੇ ਕੌਣ ਚੁਰੂਗਾ ਨੰਬਰ ਦੇ ਟਾਈਮ ਦੀ ਗੱਲ ਨਹੀਂ ਬਹੁਤ ਤਕੜੇ ਨੇ ਅੱਜ ਦੇ ਮੈਚ ਤੋਂ ਪਿੰਡ ਵਾਲੇ ਫੋਨ ਕਈ ਵਾਰ 5-4 ਦਿਨ ਲੱਗ ਜਾਂਦੇ ਆ ਉਧਰੋਂ ਸਾਡਾ ਵੀਰੇ ਪਿੰਡੋਂ ਫੁੱਲੀ ਵਾਲੀ ਆ ਉਹ ਭਰਾ ਕਹਿੰਦਾ ਵੀ ਉਧਰ ਮੁੰਡਾ ਖੇਡਦਾ ਪ੍ਰੀਤ ਖੇੜੀ ਵਾਲਾ ਨਿਰ ਦੇ ਉੱਪਰ 2-3 ਗਰਾਊਂਡ ਦੇ ਵਿੱਚ ਤੇ ਜੇ ਉਹ ਮੁੰਡਾ ਮੈਚ ਨੂੰ ਜਿੱਤ ਗਿਆ ਮੈਚ ਵਿਨ ਕਰ ਗਈ ਖੇੜੀ ਦੀ ਟੀਮ ਤੇ ਡੇਡਾ ਬਾਈ ਪ੍ਰੀਤ ਦਾ ਕੱਦ ਹੈ ਮੁੰਡਾ 6 ਫੁੱਟ ਦਾ ਆਉਣਾ ਤੇ ਪਿੰਦੂ ਬਾਈ ਕਹਿੰਦਾ ਆਪਾਂ 6 ਫੁੱਟ ਦਾ ਹੀ ਕੱਪ ਦੇ ਦਿਆਂਗੇ ਮੁੰਡੇ ਨੂੰ ਯਾਰ ਇੱਕ ਤਾੜੀ ਮਾਰੋ ਨਵੇਂ ਮੁੰਡੇ ਦਾ ਹੌਸਲਾ ਬਣਾਇਆ ਜਾ ਰਿਹਾ ਭਰਾ ਕਹਿੰਦਾ ਵੀ ਆਪਾਂ ਵੱਡਾ ਮਾਰ 6 ਫੁੱਟ ਦੇ ਕੱਪ ਦੇ ਨਾਲ ਕਰ ਦਿਆਂਗੇ ਲੇਡੀ ਗੁਰਜੀਤ ਮੁੰਡੇ ਵਾਲੇ ਤੇੜਾ ਬਾਟ ਕੇ ਰਹਿਣਾ ਦੂਜਾ ਲਾਈਵ ਉੱਪਰ ਸੈਂਡ ਕਰਤਾ ਬਾਈ ਨੇ ਵੀਰੇ ਨੌ 13 ਸਕੋਰ ਹੋ ਗਏ ਮੈਂ ਤੇ 9-13 ਵੀਰੇ 9 ਰਾਮਕੋਟ 13 ਚੈਣੇਵਾਲ 9-13
अपने वाले पेज ती चलू ब्रैम्पटन वाला वीरे इसे पेज ते चलू जी ते लाइव जुड़ियो जी ब्रैम्पटन वाला इसे पेज ती चलना लाइव वीरे पैणगे पटाके कनेडा च होणगीआं गल्लां बातां जी दलशाल चलिया गया ਕਿੰਨਾ ਕ੍ਰੀਏਟਰ ਐਡਮਿਨ ਲਾ ਦੇ ਐਡੀਟਰ ਐਡਮਿਨ ਹੈ ਦਲਸ਼ਾਦ ਕਿੱਧਰ ਗਿਆ ਸਕੀਮ ਬੋਲਣੀ ਹੈ ਹੈਲੋ 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 ਦਿਲਪ੍ਰੀ ਬੁਲਾ ਦਿੰਦੇ ਆ ਦਲਸ਼ਾਦ ਆਉਂਦਾ ਵੀਰੇ ਦੋ ਮਿੰਟਾਂ 'ਚ ਹੀ ਆ ਗਿਆ ਦਲਸ਼ਾਦ ਜੀ नंबरदार जी हेलो जे रामकोट की टीम जीती है तो दिलप्रीत गिल कनेडा वाला कहना 7100 दे देंगे आ मैं भाई बहुतरों भाई साडा दिलप्रीत गिल कनेडा वाला ऑक्सी धार वाला वीर साडा रामकोट विद प्रदीप दियों ते विकास बारे कवरे दवान खेड़ा विद शेरू ते सचिन उधर चली जांदा सैमी मेरे हिसाब नाल 9-13 साहबर हरगी वीरे हरगी साहबर जी नरेंद्र ही पुछा जी वीरे कुछ और पुछा जी कुछ हेलो उधर भाई साडा सुमन बलजीत काला काला स्वेटरिंग वाले ते नाल हरपी चक्की वाला गोल्डी आईफोन वाला वीर कहंदे आ वी जे ढाबा वाला शेरू भावे हथां दे बाल खड़ा देवे खेड़ी वालिया दे भावे मित्र पैरा सुखा टप्पा मारे वे 500 दे वड्डे मान कीते जाणे ले 9-13 ने 9-13 वीरे 9 रामकोट 13 चैणे वाल ਸੁੱਕਾ ਟੱਪਾ ਪਾ ਗਿਆ ਪਰ ਆ ਸੱਜਣਾ ਮੇਰੇ ਮਿੱਤਰੋ ਸਤੀਰਾਂ ਵਾਲੀ ਦੀ ਧਰਤੀ ਦਾ ਮੁੰਡਾ ਖੇਡ ਦੇ ਮੈਦਾਨ ਦੇ ਵਿੱਚ ਕਰ ਗਿਆ ਕਮਾਲ ਕੀ ਨੰਬਰ ਹੈ ਜੀ ਇਧਰ 12-10 ਵਾੜੀ ਵਾ ਖੇੜੀ ਵਾਲੇ ਮੁੰਡੇ ਵੀ ਹੱਟਾ ਅੱਜ ਭੰਨੀ ਆਉਂਦੇ ਆ ਮਿੱਤਰ ਪਿਆਰੇ 12-10 ਦੀ ਟੱਕਰਾ ਲੈ ਵੀ ਘੁਗੀੜੀ ਆ ਦੋ ਨੰਬਰਾਂ ਦਾ ਹੀ ਫਰਕ ਹੈ ਲੈ ਵੀ ਉਤਾਰ ਫੜ ਲੈ ਤਿਆਰੀ ਮਿੱਤਰਾ ਤੇ ਪ੍ਰੀਤ ਜੀ ਦੇਖ ਦੋ ਬਾਲਾਂ ਘੇਰ ਦੋ ਤੇ ਗੱਲਬਾਤ ਹੀ ਵੱਖਰੀ ਬਣ ਜਾਣੀ ਆ ਮੁੰਡਾ ਪ੍ਰੀਤ ਵੀ ਬੜਾ ਫਿੱਟ ਹੈ ਸੈਮੀ ਫਾਈਨਲ ਚੱਲੀ ਜਾਂਦਾ ਸੈਮੀ ਵੀਰੇ ਹਾਂਜੀ ਹਾਂਜੀ 12 ਸ਼ੇਰੂ ਦੇ ਉਧਰ ਵੀਰੇ ਨਾਵੀ ਕਿੰਨੇ ਕਿੰਨੇ ਤਰਨੇ ਬੋਲ ਕੇ ਦੱਸ ਦੇ ਤਰਨ ਕੋਈ ਨਾ 15 ਦੀ 9 ਦੀ ਟੱਕਰ ਹੈ ਜੀ ਗਾਂਧੀ 15-9 ਹੋ ਗਏ ਵੀਰੇ 15-9 ਜੀ ਗਾਂਧੀ ਦਾ ਵੀ ਮੈਂ ਤੈਨੂੰ ਧੰਨਵਾਦ ਕਰਦਾ ਗਾਂਧੀ ਸਾਡਾ ਵੀਰ ਹੈ ਮੈਂ ਤੇ ਤੈਨੂੰ ਧੰਨਵਾਦ ਕਰਦਾ ਗਾਂਧੀ ਸਾਡੇ ਵੱਡੇ ਵੀਰ ਦਾ ਜੱਗਾ ਸਾਡਾ ਵੀਰ ਸਾਰੀ ਮਿੱਤਰ ਮੰਡਲੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਵੀ ਪੈਰ ਪੈਰ ਉੱਤੇ ਜਿੰਨਾ ਦਿੱਤੀਆਂ ਦਲੇਰੀਆਂ ਜਾਨ ਤੋਂ ਪਿਆਰੇ ਬਣੀ ਬਾਹਾਂ ਜਿਹੜੇ ਮੇਰੀਆਂ
मेरे लिए सीने उत्ते खांदा तलवारा नूं तू मेरी दी उमर रब्बा ला दे मेरे यारा नूं मेरी दी उमर रब्बा ला दे मेरे यारा नूं आदे यारा दे मेले ते यार पुजे ने मैं ते धन्नवाद करदा 15 नंबर जिहड़े मैंडी शर्मा 15 नौ अगरे लास्ट आ गया लास्ट पॉइंट आ गया बरे चैने आदा लास्ट पॉइंट जी आ मैं तो बाद शेरू वाले लाने कैमरा भाई हेलो भाई जी मैनू लगता भी शेरू ने टप्पा पा दिता है तो 500 रुपया आप बाइया वालों जरूर लिखिए दिता जाना है जाके दिखा के आइए कि इतों करोगे।